ਜਿਹੜਾ ਅੱਜ ਰਾਤ ਵਾਰਦਾ ਤੁਸੀਂ ਉਹਦੇ ਬਾਰੇ ਕੀ ਜਾਣਕਾਰੀ ਹੈਗੀ? ਸਰ ਮੇਰਾ ਨਾਮ ਅਜੀ ਹੈ, ਮੈਂ ਉੱਤਰਾਖੰਡ ਤੋਂ ਹਰਿਦੁਆਰ ਸੇ, ਅਤੇ ਰਾਤ ਹਮ ਯਹਾਂ ਪੇ ਫਿਊਜ਼ਨ ਮਾਈਕਰੋ ਫਾਈਨਾਂਸ ਮੇਂ ਕਾਮ ਕਰਤੇ ਹੈ। ਅਤੇ ਹਮ ਸਟਾਫ ਯਹਾਂ ਪੇ 6 ਲੜਕੇ ਥੇ। ਰਾਤ ਕੋ ਸਾਡੇ ਕਰੀਬਨ 9:30 ਵਜੇ ਸੇ 3 ਬੰਦੇ ਆਏ, 2 ਉੱਤੇ ਆਦਮੀ ਕੇ ਹਥਿਆਰ ਪੇ, ਉਹਨੇ ਹਮੇ ਹਥਿਆਰ ਦਿਖਾਏ, ਉਨਕੇ ਜੋ ਵੀ ਆਪਣੇ ਪਾਸ ਸਾਰਾ ਪੈਸਾ ਪੂਸਾ ਸਭ ਨੇ ਦਿਓ, ਉਮਰ ਜ਼ਬਰਦਸਤੀ ਕਰੀ ਹੈ, ਮਾਰਪੀਟ ਕਰੀ ਹੈ, ਔਰ ਹਮਾਰੇ ਸੇ ਪੈਸੇ ਲੇ। ਕਿਤਨੀ ਅਮਾਊਂਟ ਸੀ? ਅਮਾਊਂਟ ਸੀਗੀ 2,27,000 ਕੁਛ ਸੀ। ਪੁਲਿਸ ਨੇ ਕੋਈ ਕਾਰਵਾਈ? ਹਾਂਜੀ ਹਾਂਜੀ, ਪੁਲਿਸ ਨਾਲ ਦੀ ਨਾਲ ਪੁਲਿਸ ਮਿਲ ਗਏ, ਅਤੇ ਨਾਲ ਦੀ ਨਾਲ ਹਮਾਰੇ ਸਾਥ ਵੀ ਪੁਲਿਸ ਆਈ, ਅਤੇ ਪੁਲਿਸ ਨੇ ਬਹੁਤ ਮਿਹਨਤ ਕੀ ਹੈ, ਕੈਮਰੇ ਚੈੱਕ ਕਰੇ ਹੈ, ਇੱਧਰ ਉੱਧਰ ਜਾਂਚ ਪੜਤਾਲ ਕੀ ਹੈ, ਉਸਕੇ ਬਾਅਦ ਵੀ ਸਾਡੀ ਐਫ ਆਈ ਆਰ ਦਰਜ ਕਰੀ। ਜਿਹੜੀ ਰਾਤ ਨੂੰ ਲੁੱਟ ਖੋਹ ਦੀ ਵਾਰਦਾਤ ਹੋਈ ਉਹਦੇ ਬਾਰੇ ਕੀ ਜਾਣਕਾਰੀ ਹੈ? ਇਹ ਰਾਤ ਕਰੀਬ 9:45 ਵਜੇ ਸਾਡੇ ਕੋਲ ਜਿਹੜਾ ਇੱਕ ਫਿਊਜ਼ਨ ਮਾਈਕਰੋ ਫਾਈਨਾਂਸ ਹੈਗੀ ਇੱਥੇ ਬ੍ਰਾਂਚ, ਉਹਦਾ ਮੈਨੇਜਰ ਸੀਗਾ ਅਜੇ ਕੁਮਾਰ, ਅਤੇ ਉਹਦੇ ਨਾਲ ਹੋਰ ਰਹਿੰਦੇ ਸੀ ਜਿਹੜੇ 5-6, ਉਹ ਸਾਡੇ ਕੋਲ ਇੱਥੇ ਥਾਣੇ ਆਏ। ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਕਿ 3 ਜਿਹੜੇ ਅਣਪਛਾਤੇ ਵਿਅਕਤੀ ਸੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ, ਉਹ ਇਹਨਾਂ ਦੀ ਦੁਕਾਨ ਦੇ ਵਿੱਚ ਆ ਕੇ ਪਿਸਤੌਲ ਨੁਮਾ ਹਥਿਆਰ ਦਿਖਾ ਕੇ ਉਹਨਾਂ ਪਾਸੋਂ ਕਰੀਬ 2.5 ਲੱਖ ਰੁਪਇਆ ਉਹ ਕੈਸ਼ ਲੁੱਟ ਕੇ ਲੈ ਗਏ, ਅਤੇ ਜਾਂਦੇ ਹੋਏ ਉਹਨਾਂ ਧਮਕੀਆਂ ਦੇ ਗਏ ਕਿ ਜੇ ਤੁਸੀਂ ਰੌਲਾ ਪਾਇਆ ਤੁਹਾਨੂੰ ਗੋਲੀ ਮਾਰ ਦੇਣਗੇ, ਜਿਸ 'ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਨਾਮ ਨੂੰ ਦੇਖਦੇ ਹਾਂ ਪਰ ਮੁਕਦਮਾ ਦਰਜ ਕੀਤਾ, ਅਤੇ ਅਗਲੀ ਤਕਰੀਰ ਜਾਰੀ ਹੈ, ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ, ਪੇਸ਼ ਕਰਕੇ ਕਾਰਵਾਈ ਚੱਲ।